ਹਾਂਜੀ ਦੋਸਤੋ, ਕੀ ਹਾਲ ਚਾਲ ਹੈ ਜੀ? ਵੈਲਕਮ ਬੈਕ ਟੂ ਮਾਈ ਚੈਨਲ ਜੀ ਐਸ ਫਿਲਮ। ਸੋ ਦੋਸਤੋ, ਥੋੜ੍ਹੇ ਦਿਨ ਪਹਿਲਾਂ ਮੈਂ ਕਾਰ ਬਾਜ਼ਾਰ ਦੀ ਵੀਡੀਓ ਪਾਈ ਸੀ ਗਿਆਨਪਤੀ 'ਤੇ, ਅਤੇ ਮੈਂ ਵੋਟ ਵਾਲੀ ਇੱਕ ਸਿਸਟਮ ਵੀ ਪਾਇਆ ਸੀ ਉੱਥੇ ਯੂਟਿਊਬ 'ਤੇ। ਜ਼ਿਆਦਾ ਵੋਟਾਂ ਕਾਰ ਬਾਜ਼ਾਰ ਨੂੰ ਮਿਲੀਆਂ ਸੀ, ਉਸ ਤੋਂ ਬਾਅਦ ਫਿਰ ਫੋਨ ਵਾਲਿਆਂ ਨੂੰ ਮਿਲੀ ਸੀ। ਅਤੇ ਅੱਜ ਦੀ ਗੱਲ ਕਰੀਏ, ਅੱਜ ਦੀ ਆਪਾਂ ਵੀਡੀਓ 'ਚ ਫੋਨ ਵਾਲੀ ਤੁਹਾਨੂੰ ਦੁਕਾਨ ਦਿਖਾਵਾਂਗੇ, ਮੋਬਾਈਲ ਫੋਰ ਯੂ। ਅਤੇ ਉੱਥੇ ਸਾਰੇ ਸੈਕਿੰਡ ਹੈਂਡ ਫੋਨਸ ਹੁੰਦੇ ਆ, ਅਤੇ ਮੌਸਮ ਬਹੁਤ ਘੈਂਟ ਆ। ਅਤੇ ਆਪਾਂ ਚੱਲਦੇ ਹਾਂ ਜੀ ਮੋਬਾਈਲ ਫੋਰ ਯੂ ਸੈਕਿੰਡ ਹੈਂਡ ਫੋਨ। ਅਤੇ ਮੇਰਾ ਵੀਰ ਇੱਕ ਤੁਹਾਨੂੰ ਪਹਿਲਾਂ ਹੀ ਦੱਸਦੀਏ, ਉੱਥੇ ਜਿਹੜਾ ਮੋਬਾਈਲ ਫੋਰ ਯੂ ਆ ਦੁਕਾਨ, ਉੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਆ, ਅਤੇ ਥੋੜ੍ਹੀ ਗੜਬੜ ਹੈ, ਥੋੜ੍ਹੀ ਤੇਜ਼ੀ ਤੇਜ਼ੀ 'ਚ ਮੈਂ ਵੀਡੀਓ ਬਣਾਊਂਗਾ। ਬਾਕੀ ਮੇਰਾ ਵੀਰ ਜੇ ਥੋੜ੍ਹੀ ਬੜੀ ਇੱਧਰ ਉੱਧਰ ਹੋ ਗਿਆ ਕੈਮਰਾ, ਮੇਰੇ ਬੁਰਾ ਨਾ ਮੰਨਿਓ, ਬਟ ਪ੍ਰਾਈਜ਼ ਤੁਹਾਨੂੰ ਸਾਰੇ ਦੱਸਾਂਗੇ ਉੱਥੇ। ਅਤੇ ਮੇਰਾ ਵੀਰ ਪੂਰੀ ਟਿਲ ਐਂਡ ਤੱਕ ਦੇਖਿਓ ਵੀਡੀਓ। ਅਤੇ ਚੱਲਦੇ ਹਾਂ ਜੀ ਮੋਬਾਈਲ ਫੋਰ ਯੂ। ਸੋ ਗਾਈਜ਼, ਤੁਹਾਨੂੰ ਹੁਣ ਰੇਟ ਵਗੈਰਾ ਦੱਸ ਦਿਆਂ ਸਾਰੇ ਫੋਨਾਂ ਦੇ। ਤੁਸੀਂ ਵਟਸਐਪ ਥੋੜ੍ਹੇ ਬਹੁਤ ਆਪਣੇ ਏਅਰਪੋਰਟ ਪਏ ਹੋਏ ਆ, ਬਾਕੀ ਫੋਨ ਵਗੈਰਾ ਦੇ ਸਕਦੇ ਹੋ। ਇਹਨਾਂ ਕੋਲ ਸਾਰੀ ਵਰਾਇਟੀ ਦੇ ਫੋਨ ਹੈਗਾ, ਦੇਖ ਲਓ ਹੁਣੇ ਆਇਆ ਨਵਾਂ ਨਵਾਂ 8 OnePlus ਦਾ, ਇਹ ਵੀ ਪਿਆ ਹੋਇਆ। ਅਤੇ ਸਭ ਤੋਂ ਪਹਿਲਾਂ ਤੁਹਾਨੂੰ ਵਾਚਿਸ ਦੇ ਦੱਸਦੇ ਹਾਂ, ਇਹ ਐਪਲ ਵਾਚ ਹੈ ਜੀ। ਹਾਂਜੀ। ਤੇ ਇਹਦਾ ਕੀ ਰੇਟ ਆ? ਸੀਰੀਜ਼ 4 ਹੈਗੀ ਹੈ, ਸੀਰੀਜ਼ 2 ਦੀ 42,000 ਸਟੇਨਲੈਸ ਸਟੀਲ ਦੇ ਵਿੱਚ ਆਉਂਦੀ ਹੈ। ਵੈਸੇ 80,000 ਵਾਲਾ ਮਾਡਲ ਆ, ਬਿਲਕੁਲ ਫ੍ਰੀ ਆਉਣ ਦਾ ਕੱਟ ਚੱਲੀ ਹੋਈ ਹੈ। ਓਕੇ, 42 ਦੀ। ਤੇ ਆ ਨੈਕਸਟ ਵਾਲੀ, ਇਹ ਸੀਰੀਜ਼ 3 ਹੈਗੀ ਆ, ਸੈਲੂਲਰ 22,000 ਦੀ। 22,000 ਨਵੀਂ ਕਿੰਨੇ ਦੀ ਆ? ਨਵੀਂ ਅਰਾਊਂਡ 40 ਦੀ ਹੈ ਇਸ ਟਾਈਮ, 38-40। ਓਕੇ ਓਕੇ। ਤੇ ਨੈਕਸਟ ਵਾਲੀ ਇਹ ਵੀ ਸੇਮ ਸੀਰੀਜ਼ 4 ਹੈਗੀ ਆ, ਸੀਰੀਜ਼ 4 ਕੱਲੀ ਇਹ ਤੁਹਾਨੂੰ ਮਿਲੇਗੀ 25,000 ਦੀ। ਓਕੇ, ਵਾਰੰਟੀ ਵਗੈਰਾ? ਆਊਟ ਆਫ ਵਾਰੰਟੀ ਹੈ ਇਹ। ਅਜੇ ਤਿੰਨੇ ਹੀ ਆਊਟ ਆਫ ਵਾਰੰਟੀ ਹੈ। ਓਕੇ ਓਕੇ। ਤੇ ਨੈਕਸਟ ਹੈਗਾ ਆਪਣੇ ਕੋਲੇ OnePlus 8, 8 Plus ਹੈ ਨਾ, 8 Pro ਹੈ। 8 Pro। ਓਕੇ। ਔਰ ਇਹ ਸਿਰਫ 2 ਦਿਨ ਪੁਰਾਣਾ ਫੋਨ ਹੈ। 2 ਦਿਨ ਪੁਰਾਣਾ ਫੋਨ ਹੈ। ਹਾਂਜੀ, ਨਵੇਂ ਦਾ ਜਿਹੜਾ ਰੇਟ ਇਸ ਟਾਈਮ 55 ਚੱਲ ਰਿਹਾ। ਪ੍ਰੀ ਹੋਣਾ ਮਤਲਬ ਇਹ ਹੈ। ਬਟ ਇਹ ਜਿਹੜਾ ਤੁਹਾਨੂੰ ਮਿਲ ਜਾਏਗਾ ਬੈਸਟ ਪ੍ਰਾਈਸ 52 ਦਾ। 52 ਦਾ। ਹੋਰ ਵੀ ਥੋੜਾ ਬੋੜਾ ਘੱਟ ਕਰ ਦਿਓ। 2 ਦਿਨ ਪੁਰਾਣਾ, ਬਾਕੀ ਕੋਈ ਗੱਲ ਨਹੀਂ। ਨੈਗੋਸ਼ੀਏਬਲ ਕਰੋ ਜਿਵੇਂ ਮਰਜ਼ੀ। ਠੀਕ ਹੈ ਠੀਕ ਹੈ। ਦੇਖ ਕੇ ਤੁਹਾਨੂੰ ਵੈਲਿਊ ਲਾ ਦਿੰਦੇ। ਸੋ ਗਾਈਜ਼, ਨੈਕਸਟ ਹੈਗਾ ਆਪਣੇ ਕੋਲੇ ਆਈਫੋਨ। ਇਹ 6-7 ਵਗੈਰਾ ਮਿਲ ਜਾਣਗੇ ਤੁਹਾਨੂੰ, 6 ਤੇ 6S ਆ ਜਾਂਦੇ ਆ, 6-7-8,000 ਦੀ ਰੇਂਜ ਦੇ ਵਿੱਚ ਮਿਲ ਜਾਂਦਾ ਹੈ। 6S ਜਿਹੜਾ ਹੈਗਾ, ਹਾਂਜੀ, ਉਹ 10-11,000 ਦੀ ਰੇਂਜ ਦੇ ਵਿੱਚ ਮਿਲ ਜਾਂਦਾ। 10-11,000 ਦੀ ਰੇਂਜ ਵਿੱਚ ਮਿਲ ਜਾਂਦਾ। ਤੇ ਇਹ ਵੀ 7 ਮਿਲ ਜਾਂਦਾ ਤੁਹਾਨੂੰ, 13,000-14,000 ਇਹ ਵਾਲਾ ਕਿਹੜਾ? 7 ਇਹ 7 ਹੈ। ਹਾਂਜੀ, ਇਹ 14,000 ਤੱਕ ਮਿਲ ਜਾਂਦਾ। ਹਾਂਜੀ, ਇਹ ਨੈਗੋਸ਼ੀਏਬਲ ਪ੍ਰਾਈਸ ਆ। 32GB ਰੈਮ ਤੇ ਇਹਦੀ ਰੇਂਜ ਮਿਲ ਜਾਂਦੀ। ਤੇ ਨੈਕਸਟ 7 ਪਲੱਸ ਮਿਲ ਜਾਏਗਾ ਤੁਹਾਨੂੰ, ਇਹਦੇ ਵਿੱਚ 22-23,000 ਦੀ ਰੇਂਜ ਦੇ ਵਿੱਚ, 32GB, 128 ਲੈਣਾ ਵਾ ਤਾਂ 24-25,000 ਦੀ ਰੇਂਜ ਦੇ ਵਿੱਚ ਅਵੇਲੇਬਲ। 24-25,000 ਦੀ ਰੇਂਜ, ਔਰ ਬਹੁਤ ਅੱਛੀ ਕੰਡੀਸ਼ਨ ਦੇ ਵਿੱਚ ਫੋਨ ਮਿਲਣਗੇ। ਠੀਕ ਹੈ ਠੀਕ ਹੈ। ਇਹ ਕਿੰਨਾ ਕੀ ਰੇਟ ਹੋਊਗਾ ਇਹਦਾ? ਇਹ ਵਾਲਾ ਜਿਹੜਾ ਹੈਗਾ ਮਤਲਬ 22,500 ਦਾ। 22,500 ਦਾ 32GB। 32GB ਇਹ ਐਕਸ ਆ? ਹਾਂਜੀ ਐਕਸ। ਓਕੇ, ਐਕਸ ਇਸ ਟਾਈਮ ਮਿਲਦਾ 33-35 ਦੀ ਰੇਂਜ ਦੇ ਵਿੱਚ। ਇਸ ਤਰ੍ਹਾਂ 30 ਤੱਕ ਮਿਲ ਜਾਂਦਾ? 30 ਤੱਕ ਤਾਂ ਨਹੀਂ ਮਿਲਦਾ, ਫੇਸ ਆਈਡੀਆਂ ਖਰਾਬ ਵਾਲੇ ਮਿਲ ਜਾਂਦੇ। ਫੇਸ ਆਈਡੀ ਖਰਾਬ ਵਾਲੇ ਮਿਲ ਜਾਂਦੇ ਜੀ, ਉਹ ਲੈਣੇ ਤਾਂ ਉਹ ਵੀ ਮਿਲ ਜਾਂਦੇ ਆ, ਕਈ ਵੇਲੇ ਆ ਜਾਂਦੇ ਆ ਸੈੱਟ। ਗਾਈਸ ਬਹੁਤ ਵਧੀਆ ਕੰਡੀਸ਼ਨ ਹੈ, 256GB। ਅੱਛਾ ਅੱਛਾ। ਹਾਂਜੀ, 35 ਦਾ ਬਹੁਤ ਅੱਛੇ ਪ੍ਰਾਈਸ। ਤੇ ਅਗਲਾ ਵੀ ਐਕਸ ਆ? ਐਕਸ ਹੈਗਾ ਇਹ, ਐਕਸ। ਹਾਂਜੀ, ਇਹ ਵਾਰੰਟੀ 'ਚ ਹੈਗਾ 4 ਜੂਨ 2021 ਤੱਕ। 2021 ਤੱਕ। ਹਾਂਜੀ। ਤੇ ਆਈਫੋਨ 11 ਦਾ ਕੀ ਪ੍ਰੋਸੈਸ ਆ, ਕੀ ਰੇਟ ਉਹਦੇ ਚੱਲ ਰਹੇ ਆ? ਆਈਫੋਨ 11 ਦਾ ਇਸ ਟਾਈਮ ਉਹਦੇ ਤਾਂ ਸ਼ੋਰਟੇਜ ਹੀ ਚੱਲ ਰਹੀ ਆ। ਅੱਛਾ, ਆਉਂਦਾ ਨਹੀਂ ਪਿਆ। ਤੇ ਆਹ ਵਾਲਾ ਕਿਹੜਾ? ਐਕਸੈਸ ਮੈਕਸ ਹੈ ਇਹ, ਐਕਸੈਸ ਮੈਕਸ 64GB। ਇਹਦੇ ਵਿੱਚ ਤੁਹਾਨੂੰ ਫਿਜ਼ੀਕਲ ਡਿਊਲ ਸਿਮ ਵੀ ਮਿਲ ਜਾਣਗੇ ਤੇ ਨਾਰਮਲ ਈ ਸਿਮ ਵੀ ਮਿਲ ਜਾਊਗਾ, ਜਿਹੜਾ ਇਹ ਵੀ 52,000 ਦੀ ਰੇਂਜ ਚ। 52,000 ਦੀ। ਹਾਂਜੀ। ਓਕੇ, ਤੇ ਆ ਨੈਕਸਟ ਹੈ ਆਪਣੇ ਕੋਲੇ, ਇਹ ਕਿਹੜਾ ਆ? ਇਹ 11 Pro ਆ। 11 Pro ਵਿੱਚ ਮਤਲਬ ਕਿ ਸਾਰੇ ਮਿਲ ਜਾਂਦੇ ਆ 80,000 ਦੀ ਰੇਂਜ, 80-85 ਇਸ ਤਰ੍ਹਾਂ। 80-85 ਇਹ ਕਿੰਨੇ ਦਾ ਆ ਹੁਣ? ਇਹ ਵਾਲਾ ਤਾਂ ਆਊਟ ਆਫ ਵਾਰੰਟੀ ਆ, 64GB। 64GB ਕੀ ਪ੍ਰਾਈਸ ਆ? ਸੌਰੀ, 64,000 ਦਾ। ਹਾਂਜੀ, 70,000। 70,000 ਦਾ। ਓਕੇ, ਤੇ ਨੈਕਸਟ ਹੈ ਵਾਲਾ ਕਿਹੜਾ? S10 Plus ਸੈਰਾਮਿਕ ਐਡੀਸ਼ਨ ਚ ਹੈਗਾ, ਇਹ ਚ ਨਾਰਮਲ ਵੀ ਆਂਦਾ ਇੱਕ ਮਾਡਲ, ਨਾਰਮਲ ਤਾਂ 37 ਦੀ ਰੇਂਜ, ਕੱਲਾ S10 Plus ਦੀ ਰੇਂਜ, S10 Plus। ਓਕੇ, ਨੋਟ ਸੈਰਾਮਿਕ ਐਡੀਸ਼ਨ ਹੈ ਇਹ, ਮਤਲਬ ਕਿ 45 ਦੇ ਆਰਾਮ। 45 ਦਾ। ਹਾਂਜੀ, ਤੇ ਨੋਟ Plus ਦਾ ਕੀ ਰੇਟ ਹੈ? ਨੋਟ Plus ਵੀ ਮਿਲ ਜਾਂਦਾ ਆਊਟ, ਮਹੀਨਾ ਡੇਢ ਮਹੀਨੇ ਦੀ ਵਾਰੰਟੀ, 2 ਮਹੀਨੇ ਵਾਰੰਟੀ ਵਾਲੇ ਜਿਹੜੇ ਪਏ ਹੋਏ ਆ ਨੋਟ Plus ਜਿਹੜਾ ਹੈਗਾ। ਅੱਛਾ ਜੀ, ਇਹ ਦਿਖਾਓ। ਅੱਛਾ, ਇਹ ਨੋਟ Plus ਹੈ, ਇਹ 52। ਇਹ ਨੋਟ 10 Plus ਆ ਕਿ ਕੱਲਾ 10 Plus? ਓਕੇ, ਇਹ ਕਿੰਨੇ ਦਾ ਹੈ? 52-53 ਦੀ ਰੇਂਜ। 52-53 ਦੀ ਰੇਂਜ। ਇਹਦੇ ਵਿੱਚ ਵੀ ਇੱਕ ਮਹੀਨਾ ਪੁਰਾਣਾ ਪੀਸ ਜਿੱਦਾਂ ਪਿਆ ਹੋਇਆ ਵਾ। ਆ ਪਿੱਛੇ ਗਾਰਡ ਲੱਗਾ ਕਿ ਸ਼ੁਰੂ ਕੰਡੀਸ਼ਨ? ਲੈਮੀਨੇਸ਼ਨ ਆ ਜੀ। ਅੱਛਾ ਅੱਛਾ, ਲੈਮੀਨੇਸ਼ਨ ਨਾ, ਸਾਡੇ ਸਾਰੇ ਸੈਟ ਲੈਮੀਨੇਟਡ ਹੀ ਮਿਲਣਗੇ ਤੁਹਾਨੂੰ। ਠੀਕ ਹੈ ਠੀਕ ਹੈ। 52 ਦਾ। ਹਾਂਜੀ, ਸਹੀ ਕੰਡੀਸ਼ਨ ਦੇ ਸਕਦੇ ਹਾਂ ਜੀ। ਇਹ ਨੋਟ 9 ਆ ਗਿਆ। ਓਕੇ ਓਕੇ, ਇਹਦੇ ਵਿੱਚ ਕੀ ਇਹ ਤੁਹਾਨੂੰ ਮਿਲ ਜਾਏਗਾ 24-25 ਦੀ ਰੇਂਜ, ਸੈਰਾਮਿਕ ਟ੍ਰੈਕ, ਬਹੁਤ ਅੱਛੀ ਕੰਡੀਸ਼ਨ। ਤੇ ਆਪਣਾ ਫਿਰ ਵੀ 11 ਦਾ ਜੇ ਰੇਟ ਪੁੱਛਣਾ ਹੋਵੇ ਕਿੰਨੇ ਦਾ ਹੋਊਗਾ ਸੈਕਿੰਡ ਹੈਂਡ? 50 ਦੇ ਨੇੜੇ ਤੇੜੇ ਹੋਊਗਾ?
ਓਕੇ ਤੇ ਹੋਰ ਟੈਪ ਵਗੈਰਾ ਦਿਖਾਓ ਤੁਹਾਨੂੰ ਅੱਛਾ ਜੀ ਠੀਕ ਹੈ ਜੀ ਇਹ ਬਹੁਤ ਅੱਛੀ ਕੰਡੀਸ਼ਨ ਚ ਆ ਔਰ ਇਹ ਸੈਕਿੰਡ ਬਾਕਸ ਓਪਨ ਆ ਸੈਕਿੰਡ ਹੈਂਡ ਹਾਂਜੀ ਹਾਂਜੀ ਬਾਕਸ ਓਪਨ ਤੇ ਕੀ ਰੇਟ ਹੈ ਨਾ ਇਹ ਵਾਲਾ ਮਿਲੇਗਾ ਮਤਲਬ 70 ਤੇ 71000 ਦੀ ਰੇਂਜ ਹੈਗੀ ਆ ਕੰਡੀਸ਼ਨ ਦਾ ਹੈ ਸੋ ਇਹ ਕੰਡੀਸ਼ਨ ਦੇ ਸਕਦੇ ਇਹਦੀ ਤੁਸੀਂ ਬਹੁਤ ਵਧੀਆ ਟੈਪ ਹੈ ਨਵਾਂ 80 ਦੇ ਕਰੀਬ ਹਾਂਜੀ ਓਕੇ ਇਹ ਤਾਂ ਅਸੀਂ ਮਤਲਬ ਬਹੁਤ ਸ਼ਾਰਟੇਜ ਚੱਲ ਰਿਹਾ ਸਾਡੇ ਕੋਲ ਸੈਕਿੰਡ ਹੈਂਡ ਵੀ ਮਿਲ ਜੂਗਾ ਇਹ ਮੈਕਬੁੱਕ ਹੈਗੀ ਆ ਮੈਕਬੁੱਕ ਠੀਕ ਹੈ ਇਹ ਸਿਰਫ ਬਾਕਸ ਓਪਨ ਹੈਗੀ ਇਹ ਵੀ ਮੈਕਬੁੱਕ ਅੱਛਾ ਜੀ ਸਾਈਜ਼ ਵੀ ਬਰਾਬਰ ਉਹ ਵਿੱਕੀ ਤੋਂ ਇਹਦਾ ਮੈਕਬੁੱਕ ਆ ਜੀ ਟੱਚ ਬਾਰ ਮੈਕਬੁੱਕ ਹੈਗੀ ਆ ਓਕੇ ਓਕੇ ਤੁਸੀਂ ਇਹ ਸਾਹਮਣੇ ਲੰਬੀ ਦਿਖਾ ਦਿਓ ਦੇਖ ਸਕਦੇ ਹੋ ਟੱਚ ਬਾਰ ਹੈ ਠੀਕ ਹੈ ਠੀਕ ਹੈ ਜਿਹੜਾ ਇਹਦਾ ਰੇਟ ਆ ਉਹ ਹੈ ਬਈ 45000 7 ਇੱਕ ਤਾਂ ਵਾਰੰਟੀ ਚ ਪਿਆ ਹੋਇਆ ਤੇ ਪੂਰਾ ਹੈਂਡਮੇਡ ਫੋਨ ਆ ਫੁੱਲ ਦਿੱਪੂ ਗਿਆ ਹੈ 3000 ਦੀ ਰੇਂਜ ਨੂੰ ਵੀ 3000 ਦੀ ਨਾ 7 ਵਾਰੰਟੀ ਚ ਪਿਆ ਬਹੁਤ ਬਹੁਤ ਵਧੀਆ ਫੋਨ ਆ ਤੇ ਜਿਹੜਾ ਮੋਟਰੋਲਾ ਇਹਦਾ ਹੈਗਾ ਜੀ 1 ਲੱਖ ਬਾਕੀ ਕੋਈ ਵੀ ਤੁਸੀਂ ਜਾਣ ਕੇ ਲੈਣੇ ਫੋਨ ਕਰ ਸਕਦੇ ਹੋ ਜਾਂ ਵਟਸਐਪ 'ਤੇ ਨੰਬਰ ਦਿੱਤਾ ਹੋਇਆ ਤੁਸੀਂ ਪੁੱਛ ਸਕਦੇ ਹੋ